हेलो गाइस, कैसे हैं सब लोग? मैं करता हूँ, आप सब लोग ठीक होंगे, मजे में होंगे। आजकल वो करते हैं स्टार्ट, वेलकम बैक टू द न्यू व्लॉग। टाइम से आया कि नहीं आज? ਚੱਲ ਮੇਰਾ ਵੈਸੇ ਜ਼ਰੂਰੀ ਕੰਮ ਹੋ ਗਿਆ ਹੈ ਪੂਰਾ। ਆਹੀ ਜ਼ਰੂਰੀ ਕੰਮ ਸੀ ਤੇਰਾ? ਚਲੋ ਜ਼ਰੂਰੀ ਕੰਮ ਜੋ ਹੈ ਸੀ ਨਾ, ਤੁਹਾਨੂੰ ਥੋੜੇ ਦਿਨਾਂ ਮਹੀਨੇ ਦੇ ਅੱਧੇ ਕੁ ਮਹੀਨੇ ਤੱਕ ਕਿੰਨੇ ਦਾ ਫਾਇਦਾ? ਡੇਢ ਕੁ ਮਹੀਨਾ ਲੱਗੇਗਾ। ਹਾਂ, ਡੇਢ ਕੁ ਮਹੀਨੇ ਤੱਕ ਆਈਏਗਾ ਤੁਹਾਡੇ ਕੋਲ ਸਰਪ੍ਰਾਈਜ਼। ਮੈਂ ਤੁਹਾਨੂੰ ਕਹਿ ਰਿਹਾ ਹਾਂ ਸਰਪ੍ਰਾਈਜ਼, ਠੀਕ ਹੈ? ਵੱਡਾ ਹੀ ਸਰਪ੍ਰਾਈਜ਼। ਅੱਛਾ, ਸੁਬਾਹ ਦਾ ਲੱਗਾ ਜੇ ਤੁਹਾਨੂੰ ਜਾ ਕੇ ਦਿਖਾਵਾਂ ਇਹਨੇ ਗਲੀ ਕਿੰਨੀ ਕੁ ਸਜਾਈਏ ਤੇ ਕੀ ਸਜਾਈਏ। ਇਕੱਲਾ ਬੰਦਾ ਕੀ ਕੀ ਕਰੇ, ਛੋਟੀ ਜਿਹੀ ਜਾਨ ਹੈ ਮੇਰੀ। ਕੱਲਾ ਬੰਦਾ ਤੇ ਨਹੀਂ ਹੈ ਤੂੰ, ਜੇ ਤੇ ਨਾਲ ਹੋਰ ਵੀ ਕੋਈ ਹੋਏਗਾ ਜੀ। ਉਹ ਯਾਰ, ਇਸ ਮਰਤਬਾ ਜੋ ਸੇ ਹੋਤੇ ਥੇ ਨਾ ਮੇਨ ਬੰਦੇ, ਉਹ ਨਹੀਂ ਆਏ, ਉਹ ਜ਼ਰਾ ਕੰਮ ਪੇ ਮਸਰੂਫ ਹੈ। ਚਲਾ ਹਾਂ ਪਹਿਲੇ ਉਧਰ ਇੱਕ ਜਗ੍ਹਾ ਇੱਕ ਚੀਜ਼ ਕਰੀ, ਫਿਰ ਤੈਨੂੰ ਜਾ ਕੇ ਤੇਰੀ ਗਲੀ ਸੁਣਾਈ ਕਿ ਪਹਿਲੇ ਤੇਰੀ ਗਲੀ ਤੁਹਾਨੂੰ ਇਹਦੀ ਪਹਿਲੇ ਕੀ ਕਰਨਾ, ਗਲੀ ਵਹਾਈਏ ਤੇਰੀ, ਜੇ ਤੂੰ ਇਹਨੂੰ ਸੁਬਾ ਦੀ ਲਾ ਕੇ ਸਜਾਈਏ ਕਿ ਦੂਜਾ ਕੰਮ ਕਰਨਾ? ਬਾਅਦ ਚ ਜਾਂਦੇ ਉੱਥੇ, ਚੱਲ ਪਹਿਲੇ ਕਿਤੇ ਜਾਣਾ, ਪਹਿਲੇ ਇੱਕ ਚੈਲੰਜ ਕਰਨਾ ਉੱਥੇ ਜਾਣਾ। ਚਲੋ ਯਾਰ, ਪਹਿਲਾਂ ਗਲੀ ਤੇ ਚਲੀਏ, ਗਲੀ ਤੇ ਜਾ ਕੇ ਫਿਰ ਵੇਖਦੇ ਆ ਕੀ ਸੀਨ ਹੈ, ਕਿਵੇਂ ਦੀ ਰੈਡੀ ਕੀਤੀ ਹੈ, ਸਾਰਾ ਸੀਨ ਦੱਸਦੇ ਆ ਹਲੇ। ਬਸ ਸਾਦੀ ਸਾਦੀ। ਚਲੋ ਸੁਬਾ ਦਾ ਲਾ ਕੇ ਕਿੰਨੀ ਕੀਤੀ ਗੱਲ, ਕੁੱਤੇ ਪੈ ਲੱਗੇ ਤੈਨੂੰ ਡਰ, ਬਚ ਕੇ ਨਹੀਂ ਜਾ ਕੇ ਪਹਿਲੇ ਵੇਖ ਲਈ ਕੀ ਸੱਚੀ ਮੁੱਚੀ ਸਾਡੀ। ਲੋ ਬਈ, ਹਮ ਪਹੁੰਚ ਗਏ ਬਈ, ਡਰਤਾ ਮਾਰਾ ਨਾ ਅੱਗੇ ਅੱਗੇ ਭੱਜ ਗਿਆ, ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ। ਅੱਛਾ ਜੀ, ਹੁਣ ਪਹਿਲੇ ਤੁਸੀਂ ਵੇਖੋ, ਇਹ ਮੈਂ ਖਲੋਤਾ ਜੀ ਤੇ ਰੁਕ ਜਾਓ, ਰਾਂਟ ਜਾਣ ਦੀ ਤੁਹਾਨੂੰ ਜਾ ਰਹੇ ਹੋ। ਇਹ ਵੇਖੋ ਯਾਰ, ਤੁਸੀਂ ਉੱਤੋਂ ਵੇਖੋ, ਨਹੀਂ ਨਹੀਂ ਆਪਾਂ ਤੁਰੇ ਜਾਂਦੇ ਹਾਂ, ਕਿਹੜੀ ਗੱਲ ਹੈ ਇੱਧਰ ਆ। ਕਿੰਨੇ ਕਦਮ ਕਦਮ ਗਏ ਤੂੰ? 150 ਗਏ ਜੀ, ਐਡੀ ਜਸਤੀ ਬਈ ਜਾਨ, 150 ਕਦਮ ਹੋ ਗਏ ਆਪਣੇ ਨਾਲ ਵੀ ਕਰਨਾ ਹੁੰਦਾ ਹੈ। ਨਹੀਂ ਨਹੀਂ ਹੁੰਦੇ ਨਾ, ਇਹ ਪਹਿਲੇ ਬੈਠੋ ਉੱਥੇ, ਪੂਰਾ ਕਰ ਲਈਏ ਨਾ, ਅੱਧੀ ਨਾਲੋਂ ਜ਼ਿਆਦਾ ਮੈਂ ਕੰਪਲੀਟ ਕਰ ਲਈਏ ਬਈ। ਬਈ ਇੱਧਰ ਉੱਤੇ ਕੈਮ ਨਾ ਕਰੀਦਾ, ਨਹੀਂ 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 ਇੱਥੇ ਕਰੀਦਾ, ਮੇਰਾ ਆਪਣਾ ਸਟਾਈਲ ਹੈ। ਅੱਧਾ ਮੂੰਹ ਤੇਰਾ ਵੇਖ ਜਾਂਦੂ, ਆਪਣਾ ਸਟਾਈਲ ਹੈ ਤੇਰਾ, ਮੇਰਾ ਆਪਣਾ ਸਟਾਈਲ ਹੈ ਬਈ। ਅੱਧਾ ਅਸੀਂ ਕਰ ਲਿਆ, ਅੱਧੇ ਤੋਂ ਬਹੁਤਾ ਸਾਡਾ ਬਹਿ ਗਿਆ, ਠੀਕ ਹੈ? ਉਹ ਤੁਹਾਨੂੰ ਅੱਗੇ ਜਾ ਕੇ ਵਾਹੁੰਦੇ ਹਾਂ। ਮੈਂ ਵੀ ਵੇਚਾਂ, ਅੱਧਾ ਰਹੋ ਜੀ, ਬੱਚੇ ਨੇ ਵੀ ਵੇਚਣਾ, ਹਾਂਜੀ ਬਕਵਾਸ ਕਰੋ, ਅੱਡ ਲਾਓ ਸਰ, ਦੱਸ ਗੱਲ ਦੱਸ ਕੀ ਦੱਸਾਂ ਮੈਂ, ਗਲੀ ਸਜਾ ਲਿੱਤੀ ਤੇ ਆ ਬੰਦੇ ਭੱਜ ਗਏ ਨੇ, ਆਪਣਾ ਮੂੰਹ ਵਾਣਾ। ਨਹੀਂ ਨਹੀਂ ਭੱਜ ਗਏ ਨੇ, ਪੌੜੀਆਂ ਵਾ ਇਹਨਾਂ ਨੂੰ, ਸੁਬਾ ਦਾ ਆਹੋ ਪੌੜੀਆਂ ਭੱਜ ਗਏ ਨੇ, ਥੱਕ ਜਾਂਦਾ ਬੰਦਾ ਯਾਰ, ਹੋਰ ਕੀ ਥੱਕ ਜਾਂਦਾ, ਇੰਨੇ ਕਿ ਨਹੀਂ, ਮੈਂ ਨਾ ਥੋੜਾ ਹੀ ਲੜੀਆਂ ਲਾ ਕੇ ਥੱਕ ਜਾਂਦਾ ਇਹ। ਆਹੋ ਹੈ ਭਾਈ ਦੀ ਫਰਮਾਇਸ਼ ਥੋੜੀ ਜੀ ਦੱਸੋ, ਅਸੀਂ ਨਾ ਇੱਥੇ ਭਾਈ ਬਣਾਣਾ ਤੇ ਤੁਸੀਂ ਵੀ ਚੰਗਾ ਗੱਡੀ ਲੱਤ ਮਾਰ ਲਈ ਪਿੱਛੇ ਪਿੱਛੇ ਹੋਇਆ, ਤੁਹਾਨੂੰ ਜਗ੍ਹਾ ਵਾਹਨੇ ਪਹਿਲੇ ਜਾ ਕੇ ਕਿ ਉਹ ਕਿੱਥੇ ਆ, ਤੂੰ ਦੇ ਪੈਸੇ ਤੈਨੂੰ ਜੇ
ਬਣਾਉਣੀ ਹੈ ਫਿਲਹਾਲ, ਜਦੋਂ ਬਣੇਗੀ ਉਹ ਵੀ ਵਹਾਵਾਂਗੇ ਤੁਹਾਨੂੰ ਲੋਕ, ਹੋਰ ਅੱਗੇ ਵੀ ਜਾਵਾਂਗੇ। ਫਿਲਹਾਲ ਅੰਨੀ ਕੀ ਬਣਾਈ ਸੀ ਗਲੀ ਜਿਹੜੀ ਸਜਾਈ ਜਿਹੜੀ ਮੇਨ ਗਾ, ਹੁਣ ਅਸੀਂ ਜਾਣੇ ਆ ਵਾਪਸ ਆਪਣੇ ਆਪਣੇ ਚੈਲੀ ਜਲ ਜਾਂਦੇ ਹਾਂ ਚੱਲੀਏ। ਚਲੋ ਜੀ ਉੱਥੋਂ ਅਸੀਂ ਵਾਪਸ ਆ ਗਏ ਹਾਂ, ਫੈਨ ਫੋਲੋਇੰਗ ਹੀ ਬੜੀ ਹੈ ਤੁਸੀਂ ਦੇਖਿਆ ਗਲੇ ਚ ਭਾਈ, ਫੈਨ ਫੋਲੋਇੰਗ ਹੀ ਬੜੀ ਸਾਡੀ, ਕੀ ਕਰ ਸਕਨੇ ਆ ਅੰਦੀ ਐਂਦੀ ਐਂਦੀ ਸਾਡੀ ਗਲੀ ਨਹੀਂ ਸਜਾਉਂਦੇ ਐਂਦੀ ਗਲੀ ਨਹੀਂ ਭਾਈ ਉਹ ਗੱਲ ਆਹੋ ਉੱਥੇ ਵੀ ਨਹੀਂ ਗੱਲ ਆਪਣੀ ਪੂਰੀ ਹੋਈ, ਉਹ ਤੇ ਹਲੇ ਬਸ ਨਾ ਥੋੜਾ ਜਿਹਾ ਜਿਵੇਂ ਢਾਂਚਾ ਖੜਾ ਕੀਤਾ ਹਲੇ ਕਰਾਂਗੇ ਕੁਛ ਨਾ ਹੋਰ ਵੀ, ਕਿਉਂਕਿ ਦੋ ਤਿੰਨ ਦਿਨ ਪਏ ਇਸ ਕਰਕੇ, ਦੋ ਤਿੰਨ ਦਿਨ ਪਹਿਲੇ ਸ਼ੁਰੂ ਹੋਏਗਾ ਯਾਰ ਬੰਦਾ ਆਸਤਾ 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 ਰੱਬ ਲੈਵਲ ਆਏਗੀ ਨਾ, ਫਿਰ ਤੁਹਾਨੂੰ ਵਿਊ ਵਹਾਵਾਂਗੇ ਭਾਈ ਬੜਾ ਮਜ਼ੇਦਾਰ ਮਨਾਵੇ ਦਾ ਪੂਰੇ ਮਨਾਵੇ ਦਾ, ਉਹ ਵੀ ਤੁਰ ਕੇ ਇਹਨੂੰ ਮੈਂ ਗੱਡੀ ਤੇ ਨੀ ਬਹਿਣ ਦੇਣਾ, ਲੈ ਮੈਂ ਗੱਡੀ ਲੈ ਕੇ ਜਾਵਾਂਗਾ, ਮੈਂ ਤੇਰੇ ਦੰਦ ਭਾਲਦਾ। ਬਾਕੀ ਮੇਰੇ ਖਿਆਲ ਚ ਆਪਾਂ ਚੈਲੰਜ ਆ ਗਏ ਆ, ਚਵਲ ਇਹਨੇ ਕੋਈ ਮਾੜੀ ਹੋਣੀ ਮੈਂ ਵੇਖ ਕੇ ਸਮਝ ਗਿਆ, ਮੈਂ ਪੁੱਛਣਾ ਯਾਰ ਕਮੈਂਟ ਤੇ ਯਾਰ ਚੈਲੰਜ ਕਰ ਰਹੀ ਹੈ ਕਿ ਨਾ, ਲੋਕੇਸ਼ਨ ਵੇਖ ਕੇ ਸਮਝ ਗਿਆ ਜਿੰਨੀਆਂ ਚਵਲਾਂ ਹੁੰਦੀਆਂ ਤੇ ਸਿੱਧੇ ਵਿੱਚ ਜਾਂਦੀਆਂ ਨੇ, ਪਿੱਛੇ ਤੁਹਾਨੂੰ ਨਜ਼ਰ ਆਉਂਦੀ ਹੈ ਲੋਕੇਸ਼ਨ ਆਉਂਦੀ ਹੈ, ਉਹ ਉਧਰ ਵੀ ਹੈ ਉਹ ਵਾਲਾ ਪਿੱਛੇ ਉਹ ਸਾਹਮਣੇ ਮਸਜਿਦ ਦੇ, ਹਾਂਜੀ ਮਸਜਿਦ ਦੇ ਜਿੱਥੇ ਹਰ ਜੁਮੇ ਜੁੱਤ ਚੁੱਕਣ ਆਉਂਦਾ, ਜੁਮਾ ਨੀ ਪੜਨਾ ਜੁੱਤ ਚੁੱਕਣੀ, ਨਾ ਮੈਂ ਤਾਂ ਦੂਜੀ ਮੰਜ਼ਿਲ ਤੋਂ ਜੁਮਾ ਪੜਨ ਜਾਣਾ, ਦੂਜੀ ਮੰਜ਼ਿਲ ਚ ਚੁੱਕਦਾ ਜੇ ਵੇਖਿਆ ਹੁਣ ਕੀ ਦੱਸੋ ਜੀ ਅੰਦਰ ਆਈਓ ਘੰਟੇ ਕਬਰਸਤਾਨ ਡੇਲੇ ਪਹਾੜ ਗਏ ਜੇ ਇਹਦੇ ਡੇਲੇ ਪਹਾੜ ਗਏ ਜੇ ਇੱਕ ਦਿਨ ਐਸਾ ਆਣਾ ਕਿ 24 ਆਵਰ ਨੀ 24 ਇਅਰਸ ਰਹਿਣਾ ਆਪਾਂ ਮੇਜਾ ਮੇਜਾ ਵਾਸ ਆਹੋ ਉਹ ਉਦੋਂ ਵੇਖ ਲਾਂਗੇ ਭਾਈ ਤੂੰ ਹੋਰ ਕੋਈ ਚੰਗੀ ਸ਼ੈ ਲਿਆ ਕਰ ਛੋੜ ਚੈਲੰਜ 24 ਆਵਰ ਰਹਿਣਾ ਅਸੀਂ ਕਬਰਸਤਾਨ ਚ ਕਬਰਸਤਾਨ ਵਹਾ ਦਿਓ ਕਿੱਡੀ ਵੱਡੀ ਇੱਦਾਂ ਨੂੰ ਕੱਢ ਕੇ ਥੋੜਾ ਆਹ ਪੂਰੀ ਹੈ ਅੱਧੀ ਹੈ ਸਾਡੀ ਇਹ ਖਾਲੀ ਹੈ ਤੇ ਅੱਗੇ ਉਹ ਐਂਡ ਤੱਕ ਕਬਰਸਤਾਨ ਹੁਣ ਇੱਦਾਂ ਨੂੰ ਕੱਢੋ ਜ਼ਰਾ ਹਾਂਜੀ ਆਰਡਰ ਲਓ ਦੱਸੋ ਗੱਲ ਹੈ ਕਿ 24 ਘੰਟੇ ਕਬਰਸਤਾਨ ਰਹਿਣਾ ਦੱਸ ਸਕਦੇ ਹੋ ਮੇਰੇ ਤਾਂ ਭਾਈ ਛੋਟੇ ਛੋਟੇ ਬੱਚੇ ਮੈਂ ਰੋਜ਼ੀ ਰੋਟੀ ਕਮਾਉਣੀ ਰੋਜ਼ੀ ਰੋਟੀ ਕਮਾਉਣੇ ਆ ਮੈਂ ਨਹੀਂ ਰਹਿ ਸਕਦਾ ਨਹੀਂ ਯਾਰ 24 ਘੰਟੇ ਕਬਰਸਤਾਨ ਆਣਾ ਚੈਲੰਜ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਯਾਰ ਅਸੀਂ ਚੈਲੰਜ ਕਰੀਏ ਕਿ ਨਾ ਯਾਰ ਠੀਕ ਹੋਇਆ ਤੇ ਅਸੀਂ ਕਰ ਲਾਂਗੇ ਵੈਸੇ ਕੋਈ ਨਾ ਹੋਇਆ ਤੇ ਹੋਰ ਫੇਰ ਵੀ ਕਰ ਲਾ ਭਾਈ ਜਾਣਾ ਬਸ ਆਨੇ ਹੋਣੇ ਲੱਪੜੀ ਆਪਣੇ ਬਸ ਕਮੈਂਟ ਵਿੱਚ ਬਤਾਣਾ ਹੈ ਹਮ ਵਲੌਗ ਬਣਾਏ ਜਾਂ ਨਾ ਬਣਾਏ ਕਿ ਵੀ ਟਾਈਮ ਸਿਰ ਭਾਗੀ ਜਾਣਾ ਫਿਰ ਸਬਰ ਭਾਈ ਜਾਣਾ ਸਾਨੇ ਹੈ ਲੱਪੜੇ ਤੇ ਹਮ ਉਧਰ ਸਕਦੇ ਹਲੇ ਸਾਥ ਕਾ ਤਬੀਅਤ ਵੀ ਖਰਾਬ ਸੀ ਪਤਾ ਨਹੀਂ ਕੀ ਦੋ ਦਿਨ ਹੋ ਚੱਲਣ ਦੀ ਤਬੀਅਤ ਹੀ ਖਰਾਬ ਸੀ ਬਸ ਆਪਣੇ ਕਮੈਂਟ ਕਰਕੇ ਬਤਾਣਾ ਹੈ ਉਹ ਚੈਲੰਜ ਕਰੇ ਕਿ ਨਾ ਕਰੇ ਅੱਛਾ ਹੋਗਾ ਕਿ ਨਹੀਂ ਹੋਗਾ ਸੌ ਕਮੈਂਟ ਆ ਗਿਆ ਤਾਂ ਹਮ ਚੈਲੰਜ ਜ਼ਰੂਰ ਕਰਾਂ ਗਲੀ ਨੇ ਵੀ ਇੱਕ ਅਹਿਮਦ ਨੇ ਵੀ ਇੱਕ ਆਇਆ ਅਲੀ ਅਲੀ ਕਹੀ ਜਾਣੋ ਅਹਿਮਦ ਦੀ ਤਬੀਅਤ ਖਰਾਬ ਸੀ ਅਹਿਮਦ ਇਸ ਕਿਲੇ ਨਿਕਲਣਾ ਲੱਪੜਾ ਸਾ ਅਬ ਆਪਣਾ 100 ਕਮੈਂਟ ਕਰਕੇ ਬਤਾਣਾ ਹੈ 100 ਕਮੈਂਟ ਹੋ ਗਿਆ ਪੂਰਾ ਤਾਂ ਹਮ ਉਹ ਚੈਲੰਜ ਕਰਾਂਗੇ ਠੀਕ ਹੈ ਤਾਂ ਫਿਰ ਇਸ ਵਲੋਗ ਮੈਂ ਇੱਧਰ ਹੀ ਐਂਡ ਕਰਦਾ ਹੂੰ ਉਮੀਦ ਕਰਦਾ ਹੂੰ ਆਪਕੋ ਅੱਜ ਵਲੋਗ ਅੱਛਾ ਲਗਾ ਹੋਗਾ ਅਗਰ ਅੱਛਾ ਲਗਾ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਕੋ ਸਬਸਕ੍ਰਾਈਬ ਕਰਨਾ ਬੈਲ ਕੈਂਕ ਕੋ ਕਲਿੱਕ ਵੀ ਕਰਨਾ ਮਿਲਣਗੇ ਨਸ਼ਲ ਕੱਲ ਤਬ ਤੱਕ ਕੇ ਲੀਏ ਅਲਾ ਹਾਫਿਜ਼ ਬਾਏ ਬਾਏ ਟਾਏ ਟਾਏ।